ਅੱਜ ਅਸੀਂ ਬਾਬਾ ਮੋਤੀ ਰਾਮ ਮਹਿਰਾ ਜਿਹੜਾ ਨਾਥ ਆਸ਼ਰਮ ਹੈਗਾ ਬੇਗੋ ਵਾਲਾ ਹੀ ਸੀ, ਅਤੇ ਜਿੱਥੇ ਸ਼ਾਹੀ ਸਾਹਿਬ ਜਿਹੜਾ ਇਹਦਾ ਸਾਰਾ ਪ੍ਰਬੰਧ ਕਰ ਰਹੇ ਆ, ਇਹਨੂੰ ਚਲਾ ਰਹੇ ਆ, ਬਹੁਤ ਆ ਕੇ ਮਨ ਨੂੰ ਇੱਕ ਸਕੂਨ ਮਿਲਿਆ, ਇੱਕ ਉਹ ਕਹਿੰਦੇ ਸ਼ਾਂਤੀ ਮਿਲੀ ਹੈ ਵੀ ਜਿਹਨਾਂ ਨੂੰ ਕੋਈ ਕਹਿ ਵੀ ਆਪਣਾ ਘਰਾਂ 'ਚ ਵੀ ਨਹੀਂ ਰੱਖਦਾ ਅਤੇ ਬੇਸਹਾਰਾ ਛੱਡ ਦਿੰਦਾ, ਕੋਈ ਕਿਸੇ ਬਿਮਾਰੀ ਨਾਲ ਗ੍ਰਸਤ ਨੇ, ਕੋਈ ਮੰਦ ਬੁੱਧੀ ਨੇ, ਕਿਸੇ ਦੇ ਕੋਈ ਜਿੱਦਾਂ ਹੱਥ ਪੈਰ ਪ੍ਰੋਪਰ ਨਹੀਂ ਚੱਲਦੇ, ਚੱਲਣ ਫਿਰਨ ਯੋਗ ਨਹੀਂ ਆ, ਉਹਨਾਂ ਦੀ ਇਹਨਾਂ ਵੱਲੋਂ ਜੋ ਸੇਵਾ ਅਤੇ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਜ਼ਿਆਦਾ, ਉਹਦਾ ਲਫ਼ਜ਼ਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਇੰਨਾ ਇਹ ਵਧੀਆ ਉਪਰਾਲਾ ਹੈ ਔਰ ਐਡਾ ਵਧੀਆ ਕੰਮ ਕਰ ਰਹੇ ਆ, ਪਰਮਾਤਮਾ ਨੇ ਇਹਨਾਂ 'ਤੇ ਪੂਰੀ ਕਿਰਪਾ ਕੀਤੀ ਹੈ ਜਿਹਨਾਂ ਨੂੰ ਐਡੀ ਵੱਡੀ ਸੇਵਾ ਬਖਸ਼ੀ ਹੈ, ਔਰ ਇਹ ਇਸ ਆਸ਼ਰਮ ਬਹੁਤ ਅੱਛੀ ਤਰ੍ਹਾਂ ਚਲਾ ਰਹੇ ਆ। ਅਤੇ ਅੱਜ ਮੈਂ ਇੱਥੇ ਜਿੰਨੇ ਕੋਈ ਆਏ ਨੇ, ਜਿਹੜੇ ਮਰੀਜ਼ ਵੀ ਨੇ ਬੈਠੇ, ਉਹਨਾਂ ਨਾਲ ਵੀ ਗੱਲਬਾਤ ਵੀ ਕੀਤੀ ਅਤੇ ਸਾਰੇ ਬੜੇ ਅੱਛਾ ਫੀਲ ਕਰ ਰਹੇ ਆ, ਅਤੇ ਮਨ ਨੂੰ ਇਸ ਗੱਲ ਦੀ ਬੜੀ ਇੱਕ ਚਲੋ ਖੁਸ਼ੀ ਵੀ ਆ ਔਰ ਇੱਕ ਜਿਹੜਾ ਹੈਗਾ ਸਕੂਨ ਵੀ ਹੈ ਕਿ ਜੇ ਕੋਈ ਬੇਸਹਾਰਾ ਹੈਗਾ ਜਾਂ ਪਰਮਾਤਮਾ ਨੂੰ ਕਿਸੇ 'ਤੇ ਕੋਈ ਇੱਦਾਂ ਦੀ ਹੋ ਗਈ ਆ, ਬਟ ਉਹਨਾਂ ਨੂੰ ਸਾਂਭਣ ਵਾਲੇ ਵੀ ਇੱਥੇ ਜਿਹੜੇ ਆ ਇੱਥੇ ਪਰਮਾਤਮਾ ਨੇ ਭੇਜੇ ਹੋਏ ਆ, ਅਤੇ ਉਹ ਬੜੀ ਅੱਛੀ ਤਰੀਕੇ ਨਾਲ ਇਹ ਆਪਣੀ ਸੇਵਾ ਨੂੰ ਨਿਭਾ ਰਹੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ DSP ਸਾਹਿਬ ਅਤੇ SO ਸਾਹਿਬ ਆਪਣੇ ਬੇਗੋਵਾਲ ਤੋਂ ਆਏ ਨੇ, ਸਾਡੇ ਅਨਾਥ ਆਸ਼ਰਮ ਦੇ ਵਿੱਚ ਵਿਜ਼ਿਟ ਕੀਤਾ ਇਹਨਾਂ ਨੇ। ਬਹੁਤ ਚੰਗਾ ਲੱਗਦਾ ਜਦੋਂ ਇੱਦਾਂ ਦੇ ਵੱਡੇ ਅਫਸਰ ਆਣ ਕੇ ਇਹਨਾਂ ਮਰੀਜ਼ਾਂ ਦੇ ਨਾਲ ਇਹਨਾਂ ਦਾ ਦੁੱਖ ਸੁੱਖ ਪੁੱਛਦੇ ਨੇ, ਇਹਨਾਂ ਨਾਲ ਗੱਲਾਂ ਕਰਦੇ ਨੇ, ਅਤੇ ਸਾਡੇ ਮਨ ਨੂੰ ਸ਼ਾਂਤੀ ਆਉਂਦੀ ਵੀ ਸ਼ਾਇਦ ਪਰਮਾਤਮਾ ਸਾਨੂੰ ਬਹੁਤ ਚੰਗੇ ਕੰਮ ਨੂੰ ਲਾਇਆ, ਅਸੀਂ ਵਧੀਆ ਤਰੀਕੇ ਨਾਲ ਸੇਵਾ ਨਿਭਾ ਰਹੇ ਹਾਂ। ਅਤੇ ਇਸ ਕਰਕੇ ਭਾਅ ਜੀ ਹੋਰਾਂ ਨਾਲ ਗੱਲਬਾਤ ਹੋਈ ਆ, ਵੇਖਿਆ ਸਾਰਿਆਂ ਨੇ ਘੁੰਮ ਫਿਰ ਕੇ, ਬਹੁਤ ਵਧੀਆ ਆ, ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ, ਆਇਆਂ ਦੀ ਧੰਨਵਾਦ ਹੈ ਇਹਨਾਂ ਦਾ, ਆਏ ਨੇ ਸਾਡੇ ਕੋਲ ਚੱਲ ਕੇ। ਅੱਜ ਅਸੀਂ ਬਾਬਾ ਮੋਤੀ ਰਾਮ ਮਹਿਰਾ ਜਿਹੜਾ ਨਾਥ ਆਸ਼ਰਮ ਹੈਗਾ ਬੇਗੋ ਵਾਲਾ ਹੀ ਸੀ, ਅਤੇ ਜਿੱਥੇ ਸ਼ਾਹੀ ਸਾਹਿਬ ਜਿਹੜਾ ਇਹਦਾ ਸਾਰਾ ਪ੍ਰਬੰਧ ਕਰ ਰਹੇ ਆ, ਇਹਨੂੰ ਚਲਾ ਰਹੇ ਆ, ਬਹੁਤ ਆ ਕੇ ਮਨ ਨੂੰ ਇੱਕ ਸਕੂਨ ਮਿਲਿਆ, ਇੱਕ ਉਹ ਕਹਿੰਦੇ ਸ਼ਾਂਤੀ ਮਿਲੀ ਹੈ ਵੀ ਜਿਹਨਾਂ ਨੂੰ ਕੋਈ ਕਹਿ ਵੀ ਆਪਣਾ ਘਰਾਂ 'ਚ ਵੀ ਨਹੀਂ ਰੱਖਦਾ ਅਤੇ ਬੇਸਹਾਰਾ ਛੱਡ ਦਿੰਦਾ, ਕੋਈ ਕਿਸੇ ਬਿਮਾਰੀ ਨਾਲ ਗ੍ਰਸਤ ਨੇ, ਕੋਈ ਮੰਦ ਬੁੱਧੀ ਨੇ, ਕਿਸੇ ਦੇ ਕੋਈ ਜਿੱਦਾਂ ਹੱਥ ਪੈਰ ਪ੍ਰੋਪਰ ਨਹੀਂ ਚੱਲਦੇ, ਚੱਲਣ ਫਿਰਨ ਯੋਗ ਨਹੀਂ ਆ, ਉਹਨਾਂ ਦੀ ਇਹਨਾਂ ਵੱਲੋਂ ਜੋ ਸੇਵਾ ਅਤੇ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਜ਼ਿਆਦਾ, ਉਹਦਾ ਲਫ਼ਜ਼ਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਇੰਨਾ ਇਹ ਵਧੀਆ ਉਪਰਾਲਾ ਹੈ ਔਰ ਐਡਾ ਵਧੀਆ ਕੰਮ ਕਰ ਰਹੇ ਆ, ਪਰਮਾਤਮਾ ਨੇ ਇਹਨਾਂ 'ਤੇ ਪੂਰੀ ਕਿਰਪਾ ਕੀਤੀ ਹੈ ਜਿਹਨਾਂ ਨੂੰ ਐਡੀ ਵੱਡੀ ਸੇਵਾ ਬਖਸ਼ੀ ਹੈ, ਔਰ ਇਹ ਇਸ ਆਸ਼ਰਮ ਬਹੁਤ ਅੱਛੀ ਤਰ੍ਹਾਂ ਚਲਾ ਰਹੇ ਆ। ਅਤੇ ਅੱਜ ਮੈਂ ਇੱਥੇ ਜਿੰਨੇ ਕੋਈ ਆਏ ਨੇ, ਜਿਹੜੇ ਮਰੀਜ਼ ਵੀ ਨੇ ਬੈਠੇ, ਉਹਨਾਂ ਨਾਲ ਵੀ ਗੱਲਬਾਤ ਵੀ ਕੀਤੀ ਅਤੇ ਸਾਰੇ ਬੜੇ ਅੱਛਾ ਫੀਲ ਕਰ ਰਹੇ ਆ, ਅਤੇ ਮਨ ਨੂੰ ਇਸ ਗੱਲ ਦੀ ਬੜੀ ਇੱਕ ਚਲੋ ਖੁਸ਼ੀ ਵੀ ਹੈ ਔਰ ਇੱਕ ਜਿਹੜਾ ਹੈਗਾ ਸਕੂਨ ਵੀ ਹੈ ਕਿ ਜੇ ਕੋਈ ਬੇਸਹਾਰਾ ਹੈਗਾ ਜਾਂ ਪਰਮਾਤਮਾ ਨੂੰ ਕਿਸੇ 'ਤੇ ਕੋਈ ਇੱਦਾਂ ਦੀ ਹੋ ਗਈ ਆ, ਬਟ ਉਹਨਾਂ ਨੂੰ ਸਾਂਭਣ ਵਾਲੇ ਵੀ ਇੱਥੇ ਜਿਹੜੇ ਆ ਇੱਥੇ ਪਰਮਾਤਮਾ ਨੇ ਭੇਜੇ ਹੋਏ ਆ, ਅਤੇ ਉਹ ਬੜੀ ਅੱਛੀ ਤਰੀਕੇ ਨਾਲ ਇਹ ਆਪਣੀ ਸੇਵਾ ਨੂੰ ਨਿਭਾ ਰਹੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ DSP ਸਾਹਿਬ ਅਤੇ SO ਸਾਹਿਬ ਆਪਣੇ ਬੇਗੋਵਾਲ ਤੋਂ ਆਏ ਨੇ, ਸਾਡੇ ਅਨਾਥ ਆਸ਼ਰਮ ਦੇ ਵਿੱਚ ਵਿਜ਼ਿਟ ਕੀਤਾ ਇਹਨਾਂ ਨੇ। ਬਹੁਤ ਚੰਗਾ ਲੱਗਦਾ ਜਦੋਂ ਇੱਦਾਂ ਦੇ ਵੱਡੇ ਅਫਸਰ ਆਣ ਕੇ ਇਹਨਾਂ ਮਰੀਜ਼ਾਂ ਦੇ ਨਾਲ ਇਹਨਾਂ ਦਾ ਦੁੱਖ ਸੁੱਖ ਪੁੱਛਦੇ ਨੇ, ਇਹਨਾਂ ਨਾਲ ਗੱਲਾਂ ਕਰਦੇ ਨੇ, ਅਤੇ ਸਾਡੇ ਮਨ ਨੂੰ ਸ਼ਾਂਤੀ ਆਉਂਦੀ ਵੀ ਸ਼ਾਇਦ ਪਰਮਾਤਮਾ ਸਾਨੂੰ ਬਹੁਤ ਚੰਗੇ ਕੰਮ ਨੂੰ ਲਾਇਆ, ਅਸੀਂ ਵਧੀਆ ਤਰੀਕੇ ਨਾਲ ਸੇਵਾ ਨਿਭਾ ਰਹੇ ਹਾਂ। ਅਤੇ ਇਸ ਕਰਕੇ ਭਾਅ ਜੀ ਹੋਰਾਂ ਨਾਲ ਗੱਲਬਾਤ ਹੋਈ ਆ, ਵੇਖਿਆ ਸਾਰਿਆਂ ਨੇ ਘੁੰਮ ਫਿਰ ਕੇ, ਬਹੁਤ ਵਧੀਆ ਆ, ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ, ਆਇਆਂ ਦੀ ਧੰਨਵਾਦ ਹੈ ਇਹਨਾਂ ਦਾ, ਆਏ ਨੇ ਸਾਡੇ ਕੋਲ ਚੱਲ ਕੇ।